ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਦੀ ਪਤਨੀ ਅਤੇ ਫਗਵਾੜਾ ਤੋਂ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ 6ਵੇਂ ਪਾਤਸ਼ਾਹੀ ਬਾਂਸਾ ਵਾਲਾ ਬਾਜ਼ਾਰ ਵਿਖੇ 20 ਲਾਈਟਾਂ ਲਗਵਾਈਆਂ। ਇਸ ਦੌਰਾਨ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਨਾ ਜਾਰੀ ਹੋਣ ਦੇ ਚਲਦਿਆਂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਸਾਹਿਬ ਆਉਣ ਜਾਣ ਵਾਲਿਆਂ ਨੂੰ ਪਰੇਸ਼ਾਨੀ ਨਾ ਆਵੇ ਤਾਂ ਮੈਡਮ ਅਨੀਤਾ ਸੋਮ ਪ੍ਰਕਾਸ਼ ਵੱਲੋਂ ਬਾਜ਼ਾਰ ਵਿਖੇ 20 ਲਾਈਟਾਂ ਲਗਵਾਈਆਂ ਗਈਆਂ। ਉਹਨਾਂ ਕਿਹਾ ਕਿ ਜਲਦ ਹੀ ਫਗਵਾੜਾ ਦੇ ਵੱਖ ਵੱਖ ਇਲਾਕਿਆਂ ਵਿੱਚ ਬੰਦ ਪਈਆਂ ਲਾਈਟਾਂ ਦੀ ਵੀ ਮੁਰੰਮਤ ਕਰਾਈ ਜਾਵੇਗੀ। ਵਾਹਿਗੁਰੂ ਜੀ ਦੀ ਫਤਿਹ। ਅੱਜ ਅਸੀਂ 550 ਸਾਲਾਂ ਦੇ ਉਪਲਕਸ਼ ਦੇ ਵਿੱਚ ਚੋੜੇ ਖੂਹ ਜੋ 6ਵੇਂ ਪਾਤਸ਼ਾਹੀ ਗੁਰਦੁਆਰਾ ਵਿੱਚ ਸਾਰੇ ਨਮਸਕਾਰ ਕਰਦੇ ਹਾਂ ਔਰ ਅੱਜ ਸਾਡੇ ਮੈਡਮ ਨੀਤਾ ਸੋਮਪੁਰਾ ਜੀ ਦੇ ਪ੍ਰਯਾਸ ਦੇ ਨਾਲ ਜਿਹੜੀਆਂ ਇਸ ਏਰੀਏ ਦੇ ਵਿੱਚ 20 ਲਾਈਟਾਂ ਲਗਾਈਆਂ ਜਾ ਰਹੀਆਂ ਜਿਹੜੀਆਂ ਪੰਜਾਬ ਸਰਕਾਰ ਕੋਲ ਹੈ ਨਹੀਂ ਔਰ ਕਮਿਸ਼ਨਰ ਸਾਹਿਬ ਨੂੰ ਵਾਰ ਵਾਰ ਕਹਿਣ ਤੇ ਵੀ ਵਾਰ ਵਾਰ ਕੋਈ ਇੱਥੇ ਲੈਣ ਨਹੀਂ ਲਾਈ। ਠੇਕੇਦਾਰ ਦਾ ਫੋਨ ਆ ਜਾਂਦਾ ਜੀ, ਮੈਨੂੰ ਫੋਨ ਆਇਆ ਸੀ ਕਮਿਸ਼ਨਰ ਸਾਹਿਬ ਦਾ, ਦੱਸੋ ਕੀ ਹੁਕਮ ਹੈ ਕਿ ਜੀ ਉੱਥੇ ਲਾਈਟਾਂ ਲਾਣੀਆਂ। ਮੈਂ ਦੁਬਾਰਾ ਪੁੱਛਦਾ ਜੀ ਤੇ ਜੇ ਦੁਬਾਰਾ ਹੀ ਪੁੱਛਣਾ ਤਾਂ ਫਿਰ ਫਾਇਦਾ ਕੀ ਆ। ਤੇ ਅੱਜ ਸਾਰੇ ਇਹ ਬਾਜ਼ਾਰ ਵੱਲੋਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ 500 ਸਾਲਾਂ ਦੇ ਉਪਲਕਸ਼ ਦੇ ਵਿੱਚ ਇਸ ਏਰੀਏ 550 ਸਾਲਾਂ ਦੇ ਉਪਲਕਸ਼ ਦੇ ਵਿੱਚ ਇੱਥੋਂ 16 ਤਰੀਕ ਨੂੰ ਬਹੁਤ ਵੱਡਾ ਇੱਥੇ ਉਤਸਾਹ ਮਨਾਇਆ ਜਾ ਸਮਾਗਮ ਮਨਾਇਆ ਜਾ ਰਿਹਾ। ਮੈਂ ਆਪਣੇ ਵੱਲੋਂ ਸਮੂਹ ਕਾਰਪੋਰੇਸ਼ਨ ਮਜ਼ਦੂਰ ਭਾਰਤੀ ਜਨਤਾ ਪਾਰਟੀ ਵੱਲੋਂ ਔਰ ਸਾਡੇ ਨਾਲ ਸਾਰੇ ਇੱਥੇ ਦੇ ਜਥੇਦਾਰ ਸਾਰੇ ਜਿਹੜੇ ਸੂਝ ਬੰਦੇ ਸਾਡੇ ਨਾਲ ਆ ਔਰ ਮੈਡਮ ਨੀਤਾ ਸੋਮਕਰ ਜੀ ਔਰ ਨਿੱਕੀ ਸ਼ਰਮਾ ਜੀ ਔਰ ਸਾਡੇ ਸਰਬਜੀਤ ਭੈਣ ਜੀ ਜੋ ਕੌਂਸਲਰ ਹਨ ਜੋ ਮੈਡਮ ਜੀ ਦੇ ਰਾਈਟ ਹੈਂਡ ਹਨ ਉਹ ਵੀ ਇੱਥੇ ਆਏ ਆ। ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਿਊਰੋ ਰਿਪੋਰਟ ਸਾਂਝ ਟੀਵੀ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।